तीसरा घलूघारा जून 1984 का एक वड्डा दुखांत सीगा जिसके शहीदों नूं समर्पित दमदमी टकसाल जथा पिंडरां मैता विखे शहीदी हफ्ता जिहड़ा मनाया जा रहा और 6 जून नूं मुख शहीदी समागम इत्थे संत ज्ञानी हरनाम सिंह खालसा दमदमी टकसाल के जिहड़े मुखी ने और संत समाज के प्रधान ने उन्हां दी योग अगवाई दे विच वड्डे पद्धर ते मनाया जाणा। तां 1 जून तों इत्थे शहीदी हफ्ते की शुरुआत हो चुकी है। इस शहीदी हफ्ते दौरान जिहड़ा है वड्डे लंगर जिहड़े इत्थे ओह चलाए जा रहे ने। तां सरबत दा भला 20 रुपए लंगर कमेटी अचल साहब वालों इत्थे ये पकौड़ियां दा लंगर जिहड़ा ओह 1 जून तों लगाया गया। तां इस कमेटी के मुख सेवादार बाबा सुरेंद्र सिंह जी इस वक्त साडे नाल ने। वाहिगुरू जी का खालसा वाहिगुरू जी की फतेह। बाबा जी किहड़े रोज तों तुसीं जिहड़े इत्थे दमदमी टकसाल दे विच लंगर लाए आ जी? इह जी 1 तरीक तों चलण डिया लंगर, 1 जून तों चलण डिया जी, ते 6 जून नूं समाप्ति होगी। ਹਾਂਜੀ 6 जून ਨੂੰ ਸਮਾਪਤੀ ਹੋਗੀ। ਤੇ ਪ੍ਰਸ਼ਾਦਾ ਵੀ ਚੱਲਦਾ, ਜਿਵੇਂ ਚਾਹ ਪਕੌੜੇ, ਬ੍ਰੈਡ ਪਕੌੜਾ, ਸਾਰਾ ਲੰਗਰ ਚੱਲਦਾ ਪਕੌੜੇ ਦਾ ਜੀ। ਇਹ ਕਿਹੜੀ ਤਰੀਕ ਤੱਕ ਚੱਲਣੇ ਆ ਜੀ? 1 ਤੋਂ ਸ਼ੁਰੂ ਹੋ ਸ਼ਿਕਾਲ ਸਮਾਪਤੀ ਹੋਣੀ ਜੀ ਸ਼ਾਮ ਨੂੰ। ਇਹਦੇ ਵਿੱਚ ਲੰਗਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਤੁਸੀਂ ਕਿੱਥੋਂ, ਮਤਲਬ ਇਹ ਸਾਰਾ ਆਪਣੇ ਲੈਵਲ ਤੇ ਹੀ ਕਰਦੇ ਹੋ? ਨਹੀਂ, ਇਹ ਸੰਗਤ ਹੀ ਕਰਨ ਦੀ ਸਾਰਾ ਜੀ, ਐਨਆਰਏ ਵੀਰ ਵੱਲੋਂ ਸਾਰਿਆਂ ਨੂੰ ਸੰਗਤ ਸੇਵਾ ਚੱਲਣ ਡਈ ਜੀ। ਇਹ ਦਮਦਮੀ ਟਕਸਾਲ ਦੇ ਵਿੱਚ ਹੀ ਲੰਗਰਾਂ ਦੀ ਸੇਵਾ ਤੁਸੀਂ ਕਰਦੇ ਹੋ ਜਾਂ ਹੋਰ ਵੀ ਕਿਤੇ ਤੁਹਾਡੇ ਲੰਗਰ ਚੱਲਦੇ? ਹੋਰ ਵੀ ਬੜੇ ਸਥਾਨਾਂ ਤੇ, ਮਹਿੰਦੀਆਣਾ ਸਾਹਿਬ ਬਾਬਾ ਜੀ ਦੇ ਵਿਆਹ ਤੇ, ਗੁਰੂ ਰਾਮਦਾਸ ਜਨਮ ਦਿਨ ਤੇ ਕਾਫੀ ਲੰਗਰ ਚੱਲਦੇ ਮਹਾਰਾਜ ਦੀ ਕਿਰਪਾ ਨਾਲ। ਕਿੱਡੀ ਜਿਹੜੀ ਉਹ ਕਮੇਟੀ ਹੈ ਜੀ ਤੁਹਾਡੀ? ਕਮੇਟੀ 7 ਕਮੇਟੀ ਹੈ ਜੀ, ਮੈਂਬਰੀ ਕਮੇਟੀ ਹੈ ਜੀ, ਤੇ ਉਹਨਾਂ ਦੇ ਸਹਿਯੋਗ ਨਾਲ ਸਾਰੀ ਕਮੇਟੀ ਦੇ ਸਹਿਯੋਗ ਨਾਲ ਚੱਲਣ ਡਿਆ ਜੀ, ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੀ। ਇਹ ਕਿੰਨੇ ਵਜੇ ਤੋਂ ਲੰਗਰ ਜਿਹੜਾ ਸਵੇਰੇ ਚੱਲ ਪੈਂਦਾ ਜੀ ਤੇ ਕਿੰਨੇ ਵਜੇ ਸ਼ਾਮ ਨੂੰ ਸਮਾਪਤ ਹੁੰਦਾ? 12 ਵਜੇ ਚੱਲਦਾ ਸਵੇਰੇ ਤੇ ਸ਼ਾਮੀ 7-8 ਵਜੇ ਸਮਾਪਤੀ ਹੁੰਦੀ ਜੀ। ਕਿੰਨੀ ਕੁ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਇੱਥੇ ਲੰਗਰ ਛਕਦੀਆਂ ਜੀ? 1 ਵਾਰੀ 1000 ਬੰਦਾ ਪੈਂਦਾ ਜੀ। ਅੱਛਾ, ਹਾਂਜੀ। ਇੱਕ ਦਿਨ ਦੇ ਵਿੱਚ ਜੇ ਗੱਲ ਕਰ ਲਈਏ ਤੇ ਕਿੰਨੇ ਕੁ ਹਜ਼ਾਰ ਸੰਗਤ ਜਿਹੜੀ ਇੱਥੇ ਲੰਗਰ ਛਕ ਲੈਂਦੀ? ਇਹ ਘੱਟ ਤੋਂ ਘੱਟ 4-5 ਹਜ਼ਾਰ ਬੰਦ ਸਕਦਾ ਜੀ ਚਾਹ ਪਕੌੜਾ ਲੰਗਰ। ਕਿੰਨੀ ਕੁ ਬਾਬਾ ਜੀ ਇੱਥੇ ਲਾਗਤ ਜਿਹੜੀ ਆ ਤੁਸੀਂ ਸਮਝਦੇ ਹੋ ਵੀ ਇਹਨਾਂ ਲੰਗਰਾਂ ਦੇ ਵਿੱਚ ਜਿਹੜਾ ਇਹ ਸ਼ਹੀਦੀ ਹਫ਼ਤਾ ਇਹਦੇ ਵਿੱਚ ਤੁਹਾਡੀ ਜਿਹੜੀ ਇੱਥੇ ਲੰਗਰਾਂ ਤੇ ਹੋਣੀ ਆ? ਇਹ ਸਾਰਾ ਟੋਟਲ ਖਰਚਾ ਜੀ 4-4.5 ਲੱਖ ਤੱਕ ਆਉਣਾ ਜੀ, ਇੰਨਾ ਖਰਚਾ ਆ ਜਾਣਾ ਜੀ। ਇਹ ਸਾਲਾਨਾ ਤੁਸੀਂ ਹਰ ਸਾਲ ਇੱਥੇ ਲੰਗਰ ਲਾਉਂਦੇ? ਹਾਂਜੀ, ਸਾਲਾਨਾ ਲਗਾਤਾਰ ਚੱਲਦਾ ਜੀ। ਅੱਗੇ ਵਾਸਤੇ ਕੀ ਵਿਚਾਰ ਆ? ਹੁਣ ਗਾਂ ਜਿਹੜੇ ਸ਼ਹੀਦੀ ਸਮਾਗਮ ਇੱਦਾਂ ਹੀ ਚੱਲਦੇ ਰਹਿਣਗੇ? ਲੰਗਰ ਇੱਦਾਂ ਚੱਲੂਗਾ ਜੀ, ਇੱਦਾਂ ਚੱਲਦਾ ਰਹੂ ਮਹਾਰਾਜ ਦੀ ਕਿਰਪਾ ਨਾਲ। ਤਾਂ ਇਹ ਸਨ ਲੰਗਰ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਹੈ ਕਿ ਇੱਥੇ 4-5 ਹਜ਼ਾਰ ਸੰਗਤ ਜਿਹੜੀ ਹੈ ਰੋਜ਼ਾਨਾ ਪਕੌੜਿਆਂ ਦਾ ਲੰਗਰ ਛਕਦੀ ਆ ਔਰ ਪ੍ਰਸ਼ਾਦਾ ਵੀ ਇੱਥੋਂ ਛਕ ਹੋਏ। ਲੰਗਰ ਜਿਹੜੇ ਨੇ 6 ਜੂਨ ਨੂੰ ਮੁੱਖ ਸ਼ਹੀਦੀ ਸਮਾਗਮ ਦੀ ਸਮਾਪਤੀ ਮੌਕੇ ਇਹਨਾਂ ਦੇ ਵੱਲੋਂ ਜਿਹੜੇ ਇਹ ਲੰਗਰ ਉਹ ਸਮਾਪਤ ਕੀਤੇ ਜਾਣਗੇ। ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ, ਮਹਿਤਾ ਚੌਂਕ, ਅੰਮ੍ਰਿਤਸਰ।